छोटे जे काम तो एडा वड्डा काम जरा हूँ बना लिया अपनी फैक्ट्री बना ली है उहदे बारे दसो दर्शकां। हाँ जी, मैं सिलाई तो स्टार्टिंग कीती सी, सिलाई सीखी सी, सिलाई करती पई, फिर बुटीक शुरू कीती और बुटीक तो करते करते अच मैं एक फैक्ट्री दी मालिक बन गई हाँ। और बहुत अच्छा लगता मैं यह तरक्की कीती हुई, मेहनत कीती हुई है, मेरी फैमिली दी सपोर्ट नाल है, सारे मेरे हसबेंड है, मेरा बेटा है, सारे मेरे नाल है और असी अज इस जगह पर पहुँच गए थे। किन्ने एक कारीगर थोड़े को काम करते हैं, किदा किदा दे जिहड़े तुसी डिजाइन बनांदे हो? कारीगर इस टाइम मेरे को इत्थे 20 तो 25 कारीगर होंदे ने, काफ़ी इस टाइम तो बहुत घट रश है क्योंकि सारे ईद करके छुट्टी ते गए हुए ने। 25-30 जने हो जाते, सीजन हो जाता होर ज़्यादा वध जाते, जिन्नी डिमांड है काम असी जिन्ना इत्थे हो रहा वा, दिल्ली अड्डे लगे हुए उत्थे भी करवा के दे रहे हैं क्योंकि पूरा नहीं पै रहा। साढ़े डिस्ट्रिक्ट मेरी ये सिंगल फैक्ट्री है कि जिहड़ी एक छत दे नीचे इन्ना काम हो रहा। लेडीज़ जिहड़ियां मेरे कोलों सूट लैके जा रही ने, सेल कर रही ने, बुटीकां काफ़ी है, तो सारे पालो तो 50-60-70 जाने तो बड़ी अच्छी रोटी खा रहे ने, बहुत अच्छा कर रहे ने। मैम अजकल दे जिहड़ियां लड़कियां ने फोन च गेम खेड लो जां सोशल मीडिया दा सहारा लैंदे, ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਹੋ? ਦੇਖੋ ਅੱਜ ਕੱਲ੍ਹ ਹਰ ਲੜਕੀ ਨੂੰ ਕੁਛ ਨਾ ਕੁਛ ਤਾਂ ਹੁਨਰ ਆਉਣਾ ਚਾਹੀਦਾ, ਕੋਈ ਪਤਾ ਨਹੀਂ ਕਿਸੇ ਟਾਈਮ ਵੀ ਤੁਹਾਡੇ ਘਰ ਵਿੱਚ ਕੋਈ ਇੱਦਾਂ ਦੇ ਹਾਲਾਤ ਬਣ ਸਕਦੇ ਆ ਕਿ ਤੁਹਾਨੂੰ ਕਿਸੇ ਵੀ ਕੰਮ ਦੀ ਜ਼ਰੂਰਤ ਪੈ ਸਕਦੀ ਹੈ। ਜੇ ਤੁਸੀਂ ਕੁਛ ਸਿੱਖਿਆ ਹੋਏਗਾ, ਕੁਛ ਕੀਤਾ ਹੋਏਗਾ, ਕੋਈ ਸਕਿੱਲ ਹੋਏਗੀ ਤੁਹਾਡੇ ਕੋਲ ਤਾਂ ਤੁਸੀਂ ਕਰ ਸਕੋਗੇ ਨਾ। ਇਹ ਮੋਬਾਈਲ ਨੇ ਤਾਂ ਹਰ ਚੀਜ਼ ਦੀ ਆਪਣੀ ਆਪਣੀ ਇੱਕ ਅਹਿਮੀਅਤ ਹੈ, ਮੋਬਾਈਲ ਨੇ ਵੀ ਬਹੁਤ ਲੋਕਾਂ ਨੂੰ ਕੰਮ ਦਿੱਤੇ ਹੋਏ ਨੇ, ਪਰ ਇਹ ਜਿਹੜੇ ਫਾਲਤੂ 'ਚ ਅਸੀਂ ਬਹੁਤ ਜ਼ਿਆਦਾ ਇਹਦੇ 'ਤੇ ਟਿਕਟੋਕ ਕਰੀ ਚੱਲੋ, ਗੇਮਾਂ ਖੇਲੀ ਚੱਲੋ, ਦੇਖੀ ਚੱਲੋ, ਉਹ ਚੀਜ਼ ਨੂੰ ਛੱਡ ਕੇ ਜੇ ਅਸੀਂ ਇਹਦੇ ਤੋਂ ਅੱਛਾ ਕੁਛ ਸਿੱਖ ਲਈਏ, ਅਸੀਂ ਇਸ ਤੋਂ ਵੀ ਤਾਂ ਸਿਲਾਈ ਸਿੱਖ ਸਕਦੇ ਹਾਂ, ਗੇਮਾਂ ਹੀ ਨਹੀਂ ਖੇਲ ਸਕਦੇ ਇਹਦੇ 'ਤੇ। ਸੋ ਕਹਿੰਦੇ ਨੇ ਔਰਤਾਂ ਵੀ ਮਰਦਾਂ ਤੋਂ ਘੱਟ ਨਹੀਂ, ਔਰਤਾਂ ਦੇ ਵਿੱਚ ਵੀ ਜਜ਼ਬਾ ਹੁੰਦਾ ਕੰਮ ਕਰਨ ਦਾ, ਉਹ ਵੀ ਕੰਮ ਕਰ ਸਕਦੇ ਨੇ ਮਰਦਾਂ ਵਾਂਗਰਾ। ਅੱਜ ਤੁਹਾਨੂੰ ਗੁਰਦਾਸਪੁਰ ਦੇ ਸ਼ਹਿਰ ਬਟਾਲਾ ਤੋਂ ਇੱਦਾਂ ਦੀ ਔਰਤ ਨਾਲ ਮਿਲਾਉਣ ਜਾ ਰਹੇ ਹਾਂ, ਸੋ ਉਹਨਾਂ ਨਾਲ ਗੱਲ ਵੀ ਕਰਾਂਗੇ, ਕਾਹਦਾ ਕਾਰੋਬਾਰ ਹੈ, ਕਿੱਥੋਂ ਉਹਨਾਂ ਨੇ ਸਿੱਖਿਆ, ਕੀ ਬਣਾਉਂਦੇ ਨੇ, ਕੀ ਕਰਦੇ ਨੇ, ਸੋ ਤਸਵੀਰਾਂ ਰਾਹੀਂ ਦੱਸਾਂਗੇ। ਉਹਨਾਂ ਨੇ ਬੁਟੀਕ ਦਾ ਕੰਮ ਸਟਾਰਟ ਕੀਤਾ ਸੀਗਾ, ਬੁਟੀਕ ਤੋਂ ਵੱਧਾ ਵੱਧਾ ਕੰਮ ਜਿਹੜਾ ਹੈ ਉਹ ਕਾਫੀ ਅੱਜ ਵੱਡਾ ਕੰਮ ਹੋ ਗਿਆ, ਉਹਨਾਂ ਨੇ ਆਪਣੀ ਫੈਕਟਰੀ ਖੋਲ੍ਹ ਲਈ ਹੈ। ਸੋ ਉਹਨਾਂ ਕੋਲ ਕਾਰੀਗਰ ਵੀ ਨੇ, ਕਾਰੀਗਰ ਬਾਰੇ ਵੀ ਪੁੱਛਾਂ ਕਿੰਨੇ ਕਾਰੀਗਰ ਨੇ ਉਹਨਾਂ ਕੋਲ ਅਤੇ ਕਦੋਂ ਤੋਂ ਉਹਨਾਂ ਨੇ ਕੰਮ ਸਟਾਰਟ ਕੀਤਾ ਤਾਂ ਹੁਣ ਤੱਕ ਕਿੱਦਾਂ ਦਾ ਸਫ਼ਰ ਰਿਹਾ। ਸੋ ਤੁਹਾਨੂੰ ਦਿਖਾਵਾਂਗੇ, ਕੱਪੜੇ ਉੱਤੇ ਛਾਪਾ ਲੱਗ ਰਿਹਾ, ਇਹੀ ਇਹਨਾਂ ਦਾ ਬਿਜ਼ਨਸ ਹੈ। ਹੁਣ ਪਹਿਲਾਂ ਬਿਜ਼ਨਸ ਛੋਟਾ ਸੀਗਾ ਘਰ ਵਿੱਚ, ਹੁਣ ਉਹਨਾਂ ਨੇ ਆਪਣੀ ਫੈਕਟਰੀ ਲਗਾ ਲਈ ਹੈ। ਸੋ ਕਹਿੰਦੇ ਨੇ ਔਰਤਾਂ ਵੀ ਕਿਸੇ ਨਾਲੋਂ ਘੱਟ ਨਹੀਂ ਹੁੰਦੀਆਂ, ਜੇ ਮਰਦ ਕੰਮ ਕਰਦੇ ਨੇ ਔਰਤਾਂ ਵੀ ਮੁੰਡੇ ਨਾਲ ਮੁੰਡਾ ਜੋੜ ਕੇ ਕੰਮ ਕਰਦੀਆਂ ਨੇ। ਸੋ ਗੱਲ ਵੀ ਕਰਾਂਗੇ ਉਹਨਾਂ ਨਾਲ, ਕੀ ਕਹਿਣਾ ਉਹਨਾਂ ਦਾ? ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਨਾਮ ਜੀ ਤੁਹਾਡਾ? ਸੁਰਬੀ ਨਾਮ ਹੈ ਮੇਰਾ। ਮੈਮ ਤੁਸੀਂ ਛੋਟੇ ਜਿਹੇ ਕੰਮ ਤੋਂ ਐਡਾ ਵੱਡਾ ਕੰਮ ਜਿਹੜਾ ਹੁਣ ਬਣਾ ਲਿਆ ਆਪਣੀ ਫੈਕਟਰੀ ਬਣਾ ਲਈ ਹੈ ਉਹਦੇ ਬਾਰੇ ਦੱਸੋ ਦਰਸ਼ਕਾਂ। ਹਾਂਜੀ, ਮੈਂ ਸਿਲਾਈ ਤੋਂ ਸਟਾਰਟਿੰਗ ਕੀਤੀ ਸੀ, ਸਿਲਾਈ ਸਿੱਖੀ ਸੀ, ਸਿਲਾਈ ਕਰਦੀ ਪਈ, ਫਿਰ ਬੁਟੀਕ ਸ਼ੁਰੂ ਕੀਤੀ ਔਰ ਬੁਟੀਕ ਤੋਂ ਕਰਦੇ ਕਰਦੇ ਅੱਜ ਮੈਂ ਇੱਕ ਫੈਕਟਰੀ ਦੀ ਮਾਲਕ ਬਣ ਗਈ ਹਾਂ। ਔਰ ਬਹੁਤ ਅੱਛਾ ਲੱਗਦਾ ਮੈਨੂੰ, ਇਹ ਤਰੱਕੀ ਕੀਤੀ ਹੋਈ, ਮਿਹਨਤ ਕੀਤੀ ਹੋਈ ਹੈ, ਮੇਰੀ ਫੈਮਿਲੀ ਦੀ ਸਪੋਰਟ ਨਾਲ ਹੈ, ਸਾਰੇ ਮੇਰੇ ਹਸਬੈਂਡ ਹੈ, ਮੇਰਾ ਬੇਟਾ ਹੈ, ਸਾਰੇ ਮੇਰੇ ਨਾਲ ਹੈ ਔਰ ਅਸੀਂ ਅੱਜ ਇਸ ਜਗ੍ਹਾ 'ਤੇ ਪਹੁੰਚ ਗਏ ਤੇ। ਮੈਮ ਤੁਸੀਂ ਸਟਾਰਟਿੰਗ ਕਦੋਂ ਕੀਤੀ ਸੀ ਅਤੇ ਇੱਥੋਂ ਤੱਕ ਆਉਂਦਿਆਂ ਦਾ ਸਾਰਾ ਸਫ਼ਰ ਤੁਹਾਡੇ ਦਰਸ਼ਕਾਂ ਨੂੰ ਦੱਸੋ? ਸਟਾਰਟਿੰਗ ਮੈਂ ਮੈਰਿਜ ਤੋਂ ਪਹਿਲਾਂ 2 ਸਾਲ ਦਾ ਡਿਪਲੋਮਾ ਕੀਤਾ ਸੀ ਸਿਲਾਈ ਦਾ, ਕਢਾਈ ਦਾ। ਮੈਰਿਜ ਹੋ ਗਈ ਮੇਰੀ 94 ਦੇ ਵਿੱਚ,
उस तो बाद 2 साल बाद फिर मैं स्टार्ट कर दिता, पहला सिलाई सिखानी स्टार्ट कर दी लड़कियां। 3-4 साल तक पहला सिलाई सिखाती रही हूँ, सिखाद्या सिखाद्या नाल उन्होंने फिर मैं बुटीक शुरू कर दी, सिलाई करनी शुरू कर दी। सिलाई करते हूँ तो देखो हो गए 25 साल मैं कम करद सिलाई करद सर, हूँ 3 साल तो जी बुटीक नू थोड़ा विराम दिता सी और ज़्यादा तवज्जो इस तरफ हो गई, पर मेरे जोड़े कस्टमर आ वो मैनू नहीं छड़िया, उन्होंने बार बार मैं कहते फिर दोबारा तो मैं बुटीक जी दोबारा तो हफ्ते 10 दिन तक फिर दोबारा रीओपनिंग कर रही हूँ। मैडम मैरिज मैरिज तो पहला भी तुसी तुहानू शौक सीगा इस काम का कि मैरिज तो बाद? नहीं पहला ही शौक सी मैं काफ़ी, जिस तरह मान लो कि एक स्टार्टिंग शुरू तो ही अपने मन च सी सिलाई का आंदा हुंदा सी कि खुद ही घर बैठ के कोई ना कोई चीज़ पकड़ के उन्होंने सिलना शुरू कर देना, जब मम्मी सूट सिलते सी तो उन्हां नाल बैठ के सिलन लग पैना, जां मेरे चाची जी सी ते ओ सिलाई करते होंगे सी, तो मैं छुट्टी च जिस तरह लड़कियां इधर उधर खेलदियां घूमदियां तो मैं उन्हां दे घर जाके बैठ जाती सी, तो उन्होंने नाल कहती सी कि मैनूं दसो मैं सीना मार के दवां तुहानूं, फिर उन्होंने मैनूं दस्सिया कि हाँ इदां सिलाई करो इदां करो, तो मैं उन्हां नाल करदी हुंदी सी। फिर मेरे मदर ने देखिया कि मैनूं इस चीज़ का काफ़ी शौक है, तो प्लस टू तो बाद उन्होंने मैंने पूछा भी तुम हम की करना चाहते हो अगे पढ़ाई करनी है जा किस तरह, तो मैं क्या भी नहीं मैं तुम्हें जी सिलाई का ही करा दो, मैं इस चीज़ का शौक है ज़्यादा, तो उन्होंने मेरी इस चीज़ को देखा, उन्होंने पता तो सी कि इन शौक है बहुत ज़्यादा, उन्हें क्या ठीक है। फिर उन्होंने मैं ITI रही है, ITI उ फिर मैं 2 साल का डिप्लोमा किया। फिर उस तो बाद मैरिज हो गई, मैरिज तो बाद 2 साल नहीं कोई हो पाया, कुछ भी नहीं कोई हो ही नहीं गल। उस तो बाद फिर मैं टीचर ट्रेनिंग की अमृतसर तो, BEd का ग्रेड हों टीचर ट्रेनिंग उतों करके फिर घर विच फ्री बैठना अच्छा नहीं लग्या कि फ्री बैठ के की करा, एज तो मेरी भी उदो बहुत छोटी सी 23 दी सी मैं। फिर मैं लड़कियां नू कोई घर आंदियां सी जड़ियां काम कुम वालियां उन्होंने सिलाई सिखाती सी और सारियां नूं दस दी हुंदी सी आ जाओ सीख लो सिलाई सीख लो कुछ कर लो, फ्री ना बैठो फ्री ना घूमो सिलाई सीखो करो कुछ भी जो भी तुहानूं आंदा सीखो करो। फिर वो सिलाई सिखानी शुरू कर दित्ती मैं, सिलाई सिखाते हुए फिर नाल नाल सीखने लई जदों लड़कियां नूं पता चलिया तो फिर मेरे कोल मतलब दिन च जिहड़ियां वा 40 तों 50 लड़कियां जिहड़ियां सिलाई सीखने वालियां आन लग पईआं। काफ़ी लंबा टाइम मैं सिलाई सिखाई है, 4-5 साल सिखाई है काफ़ी। फिर उस तो बाद नाल नाल करनी शुरू कर दिती है, बुटीक तो करना शुरू कर दिता सारा। मैम जी सिखलाई दी है तुसी लड़कियां नू वो फ्री ऑफ कॉस्ट दी कि जां उहदा चार्ज कोई लिया? पहला तो शौक च ही करती सी तो फ्री ही करती सी, फिर उस तो बाद हौली हौली बच्चों का जिस तरह लगता सी कि खर्चे वगैरह नाल है या चलो इस चीज़ को प्रोफेसनली बना लिया जाए अपना, क्योंकि पहला तो शौक ही चलता पिया सी कि बचपन तो मैनू शौक आ सिलाई का तो शौक ही चलता पिया सी, फिर मैं उस चीज़ को प्रोफेसनल कर लिया तो फिर मैं पैसे लेने शुरू कर दिते थोड़ा उन्हां कोलों। पर उस जमाने बहुत घट हुंदे सी, बहुत ज़्यादा नहीं सी, मतलब बहुत थोड़े पैसे लैके सिलाई सिखानी शुरू कर दी और जो मैं सिलाई करनी शुरू की वह तो 50 रुपये सिलाई तो शुरू की सी। मैम अजकल दे जिहड़ियां लड़कियां ने फोन च गेम खेल लो जां सोशल मीडिया का सहारा लेंदे उन्हां बारे की कहना चाहते हो? मेहनत करनी है अपने वे, मतलब वे अपने भी कोई जनून होना चाहिए उन्हां बारे की कहना चाहते? हाँ देखो अजकल हर लड़की नू कुछ ना कुछ तो हुनर आना चाहिए, कोई पता नहीं किस टाइम भी तुहाडे घर विच कोई इदां दे हालात बन सकते हैं कि तुहानू किसी भी काम की जरूरत पै सकती है। जो तुसी कुछ सीखिया होएगा कुछ किया होएगा कोई स्किल होएगी तुहाडे कोल ते तुसी कर सकोगे ना। ए मोबाइल ने तो हर चीज़ की अपनी अपनी एक अहमियत है, मोबाइल ने भी बहुत लोगों को काम दिते हुए ने, पर जड़े फालतू च असी बहुत ज़्यादा ये टिकटॉक करी चलो गेम खेली चलो देखी चलो वो चीज़ को छड़ के जे असी ये तो अच्छा कुछ सीख लिया असी इस तो भी तो सिलाई सीख सकते हैं, गेम ही नहीं खेल सकते ये तुसी सिलाई का कर लो पार्लर का कर लो कुकिंग का कर लो, लड़कियों को बहुत काम है बहुत कुछ कर सकदियां है। जिस तरह कि क्या जड़े गुजरात चा पापड़ बनांदियां लेडीज़ उन्होंने भी तो होम तो शुरू किया, देखो कितों तक वो कंपनी पहुँच चुकी है, तो असं भी इस तरह अगे तो अगे निकल सकते हैं, अपना टाइम वेस्ट ना करन तो ज़्यादा अच्छा है, कुछ सीख लैन अपने हाथ का हुनर होए तो कभी ना कभी तुम काम आ जाता है,
अच्छा ही वो रिजल्ट देंदा। मैम तुसी काफ़ी लड़कियों ने तुसी कहा कि सिखलाई दिती है, उन्हां चो कोई एहो जी लड़की होवे जिन्होंने सीख के तुहाडे कोल दुबारा आ के क्या होवे कि मैम तुहाडा बहुत बहुत धन्यवाद जी तुसी मैनूं रोज़गार दिता। बहुत बहुत सारिया लड़कियां मैनू मिलदियां, जिदा मैनू तो बहुत सारिया की पहचान भी भुल गई कि देखो उदों कोई लड़की टेंथ करके आई है तो वो हूँ वो बच्चों के नाल आती है तो बोलती है, बहुत सारिया की पहचान है मैनू पता है, मैनू मिलते हले तक मैनू मिलते ने किसी वेले किसते भी उन्होंने कोई प्रॉब्लम आ जाए सूट की कटाई या कोई नवा डिजाइन का सूट आ गया तो आके पूछदियां ने। एक मेरी फ्रेंड ही सी ਉਹਦੀ ਮੈਰਿਜ ਤੇ ਮੇਰੀ ਇਕੱਠੀ ਹੋਈ ਸੀ ਬਚਪਨ 'ਚ, ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਮੈਨੂੰ ਸ਼ੌਂਕ ਸੀ ਅਤੇ ਸ਼ੌਂਕ 'ਚ ਜਦੋਂ ਅਸੀਂ ਸੂਟ ਵਗੈਰਾ ਘਰ ਆਪਣੇ ਸਿਲਦੇ ਸੀ ਅਤੇ ਉਹਨਾਂ ਨੇ ਦੋ ਜਾਣੀਆਂ ਨੇ ਮੇਰੇ ਕੋਲ ਸਿਲਾਈ ਸਿੱਖੀ ਸੀ ਨਾਲ ਨਾਲ ਸਿਲਦੇ ਹੋਏ, ਹੈਲਪ ਕਰਦੀਆਂ ਸੀ ਮੇਰੀ ਕਰਦੇ ਕਰਦੇ ਸਿੱਖ ਲਈ ਅਤੇ ਉਹਦੇ ਹਸਬੈਂਡ ਦੀ ਬਹੁਤ ਜਲਦੀ ਡੈਥ ਹੋ ਗਈ, ਦੋ ਬੱਚੇ ਸੀ ਉਹਦੇ ਛੋਟੇ, ਉਹਦੇ ਹਸਬੈਂਡ ਦੀ ਬਹੁਤ ਜਲਦੀ ਡੈਥ ਹੋ ਗਈ ਅਤੇ ਉਹਨੇ ਉਹ ਸਿਲਾਈ ਨੂੰ ਹੀ ਹੁਣ ਤੱਕ ਆਪਣਾ ਅਪਣਾਇਆ ਹੋਇਆ ਔਰ ਉਹ ਸਿਲਾਈ ਦੇ ਉੱਪਰੋਂ ਹੀ ਉਹਨੇ ਆਪਣੇ ਬੇਟੇ ਨੂੰ ਪਹਿਲਾਂ ਬਾਹਰ ਭੇਜਿਆ ਔਰ ਹੁਣ ਉਹਦੀ ਬੇਟੀ ਵੀ ਬਾਹਰ ਚਲੇ ਗਈ ਆ ਸਿਲਾਈ ਤੋਂ ਹੀ। ਔਰ ਉਹ ਜਦੋਂ ਵੀ ਮੇਰੇ ਨਾਲ ਗੱਲ ਕਰਦੀ ਹੈ, ਜਦੋਂ ਉਹਦਾ ਫੋਨ ਆਉਂਦਾ ਹੈ ਨਾ ਮੈਨੂੰ ਤਾਂ ਉਹਦੀ ਪਹਿਲੀ ਗੱਲ ਇਹ ਹੀ ਹੁੰਦੀ ਆ ਕਿ ਥੈਂਕਸ ਤੂੰ ਮੈਨੂੰ ਮੇਰੇ ਪੈਰਾਂ 'ਤੇ ਖੜੇ ਕੀਤਾ ਔਰ ਮੈਨੂੰ ਅੱਜ ਉਹਦੇ ਜਾਣ ਤੋਂ ਬਾਅਦ ਇਹ ਨਹੀਂ ਕਰਨਾ ਪਿਆ ਕਿ ਮੈਨੂੰ ਪੇਕੇ ਬਹਿਣਾ ਪਿਆ ਜਾਂ ਮੰਗਣਾ ਪਿਆ ਕਿਸੇ ਕੋਲੋਂ, ਮੈਂ ਜਦ ਦੀ ਸਿਲਾਈ ਕਰਦੀ ਹਾਂ ਅਤੇ ਹੁਣ ਤੱਕ ਮੈਂ ਸਿਲਾਈ ਕਰਕੇ ਆਪਣੇ ਬੱਚਿਆਂ ਨੂੰ ਇੰਨਾ ਸਟੈਂਡ ਕਰਤਾ। ਔਰ ਬਟਾਲੇ 'ਚ ਵੀ ਕਾਫੀ ਲੜਕੀਆਂ ਜਿਹੜੀਆਂ ਹੁਣ ਜਿਨ੍ਹਾਂ ਨੇ ਪਹਿਲਾਂ ਨਹੀਂ ਕੰਮ ਕੀਤਾ, ਮਤਲਬ ਬੱਚੇ ਛੋਟੇ ਅਸੀਂ ਨਹੀਂ ਕਰ ਪਾਏ, ਔਰ ਮੈਨੂੰ ਬੜੀ ਖੁਸ਼ੀ ਹੈ ਕਿ ਹੁਣ ਥੋੜ੍ਹੀ ਦੇਰ ਹੋਈ ਹੈ ਉਦੋਂ ਵੀ ਇੱਕ ਲੜਕੀ ਆ ਕੇ ਮਿਲੀ ਹੈ ਅਤੇ ਮੈਨੂੰ ਕਹਿ ਰਹੀ ਹੈ ਕਿ ਭਾਬੀ ਜੀ ਮੈਂ ਹੁਣ ਬੱਚੇ ਆਪਣੇ ਆਪ ਸਕੂਲ ਜੋਗੇ ਹੋ ਗਿਆ ਅਤੇ ਮੈਂ ਹੁਣ ਬੁਟੀਕ ਸ਼ੁਰੂ ਕਰ ਦਿੱਤੀ ਹੈ। ਮੈਨੂੰ ਬਹੁਤ ਅੱਛਾ ਲੱਗਾ ਕਿ ਚਲੋ ਥੋੜ੍ਹਾ ਲੇਟ ਕੀਤਾ ਤੁਸੀਂ, ਪਰ ਫਿਰ ਵੀ ਜਦੋਂ ਤੁਹਾਨੂੰ ਟਾਈਮ ਮਿਲਿਆ ਤੁਸੀਂ ਕੀਤਾ, ਜੇ ਸਿੱਖਿਆ ਸੀ ਤਾਂ ਉਹਨਾਂ ਨੇ ਅੱਜ ਉਹ ਕੀਤਾ ਅਤੇ ਉਹ ਸਟੈਂਡ ਹੋ ਗਿਆ ਨਾ ਫਿਰ। ਮੈਡਮ ਕਿਤੇ ਨਾ ਕਿਤੇ ਮਾਣ ਨਹੀਂ ਮਹਿਸੂਸ ਹੁੰਦਾ ਤੁਹਾਨੂੰ ਕਿ ਅੱਜ ਮੇਰੀ ਬਦੌਲਤ, ਤੁਹਾਡੀ ਤਾਂ ਬਦੌਲਤ ਹੈ ਹੀ ਹੈ, ਪਰਮਾਤਮਾ ਦੀ ਸ਼ੁਕਰ ਹੈ ਤੁਹਾਡੇ ਨਾਲ ਜਿਹੜਾ ਤੁਹਾਡੇ ਨਾਲ ਸਾਥ ਦਿੰਦੇ ਆ, ਤੁਹਾਡੀ ਬਦੌਲਤ ਤੋਂ ਉਹਨਾਂ ਦਾ ਜਿਹੜਾ ਘਰ ਚੱਲ ਰਿਹਾ, ਚੰਗੀ ਸ਼ਿਕਸ਼ਾ ਉਹਨਾਂ ਨੂੰ ਮਿਲੀ, ਉਹਨਾਂ ਦੇ ਬੱਚੇ ਸਟੈਂਡ ਹੋ ਗਏ, ਕਿਤੇ ਨਾ ਕਿਤੇ ਮਾਣ ਮਹਿਸੂਸ ਨਹੀਂ ਹੁੰਦਾ ਕਿ ਇਸ ਲਾਇਕ ਹੈਗੇ ਆ ਪਰਮਾਤਮਾ ਦੀ ਕਿਰਪਾ ਤੁਹਾਡੇ? ਇਹ ਨਹੀਂ, ਮੈਨੂੰ ਉਸ ਚੀਜ਼ ਦਾ ਘਮੰਡ ਨਹੀਂ ਹੈ, ਮੈਨੂੰ ਵੈਸੇ ਬਹੁਤ ਅੱਛਾ ਲੱਗਦਾ ਕਿ ਚਲੋ ਮੈਂ ਜਦੋਂ ਕਿਸੇ ਦੇ ਕੰਮ ਆਉਂਦੀ ਹਾਂ ਨਾ ਤਾਂ ਮੈਨੂੰ ਉਹ ਬਹੁਤ ਅੱਛਾ ਲੱਗਦਾ ਔਰ ਮੈਨੂੰ ਉਹ ਖੁਸ਼ੀ 'ਚ ਉਸ ਰਾਤ ਨੀਂਦ ਨਹੀਂ ਆਉਂਦੀ ਕਿ ਮੈਂ ਕਿਸੇ ਦੇ ਲਈ ਕੰਮ ਆਈ ਹਾਂ, ਮੈਂ ਕਿਸੇ ਦਾ ਅੱਛਾ ਕੀਤਾ ਹੈ। ਹੁਣ ਵੀ ਮੇਰਾ ਦਿਲ ਕਰਦਾ ਮੈਨੂੰ ਕਿਸੇ ਦੀ ਵੀ ਕੋਈ ਪ੍ਰੋਬਲਮ ਆਵੇ ਤਾਂ ਮੈਂ ਉਹਨੂੰ ਇਸ ਤਰ੍ਹਾਂ ਫੀਲ ਹੁੰਦਾ ਕਿ ਪ੍ਰੋਬਲਮ ਮੇਰੀ ਤਾਂ ਨਹੀਂ ਹੈ, ਮੈਂ ਉਹਨੂੰ ਸੋਲਵ ਕਰਨ ਦੀ ਸੋਚਦੀ ਹਾਂ, ਚਾਹੇ ਉਹ ਮੇਰੀ ਪਾਵਰ 'ਚ ਹੋਵੇ ਚਾਹੇ ਨਾ ਹੋਵੇ। ਹੁਣ ਵੀ ਮੈਂ ਕੁਛ ਸੋਚ ਰਹੀ ਹਾਂ ਕਿਸੇ ਲਈ ਆਸ ਪੜੋਸ ਲਈ, ਔਰ ਮੈਂ ਆਪਣੀ ਫਰੈਂਡਸ ਨੂੰ ਕਾਫੀ ਜਾਣਿਆਂ ਨੂੰ ਇੱਧਰ ਉੱਧਰ ਸਾਰਿਆਂ ਨੂੰ ਕਹਿ ਰਹੀ ਹਾਂ ਕਿ ਮੇਰੀ ਹੈਲਪ ਕਰੋ, ਮੇਰੇ ਨਾਲ ਚੱਲੋ, ਮੈਂ ਕੁਛ ਕਰਨਾ ਚਾਹੁੰਦੀ ਹਾਂ। ਮੈਮ ਪਰਿਵਾਰ ਵਿੱਚੋਂ ਤੁਹਾਡੇ ਹਸਬੈਂਡ ਦਾ ਕਿੰਨਾ ਕੁ ਸਪੋਰਟ ਰਿਹਾ, ਬੱਚਿਆਂ ਦਾ ਪਹਿਲਾਂ ਦੇ ਹਾਲਾਤ ਕਿੱਦਾਂ ਦੇ ਸੀਗੇ, ਹੁਣ ਹਾਲਾਤ ਕਿੱਦਾਂ ਦੇ? ਸਪੋਰਟ ਤੋਂ ਬਿਨਾਂ ਤਾਂ ਦੇਖੋ ਲੇਡੀਜ਼ ਨਹੀਂ ਚੱਲ ਪਾਉਂਦੀਆਂ, ਜਦ ਤੱਕ ਹਸਬੈਂਡ ਦੀ ਸਪੋਰਟ ਨਾ ਹੋਵੇ ਅਸੀਂ ਕੁਛ ਵੀ ਨਹੀਂ ਕਰ ਪਾਉਂਦੇ। ਮੇਰੇ ਨਾਲ ਮੈਂ ਬਹੁਤ ਲੱਕੀ ਹਾਂ ਕਿ ਮੇਰੇ ਹਸਬੈਂਡ, ਮੇਰੇ ਮਦਰ-ਇਨ-ਲਾਅ, ਫਾਦਰ-ਇਨ-ਲਾਅ ਸਾਰਿਆਂ ਨੇ ਬਹੁਤ ਸਪੋਰਟ ਕੀਤੀ, ਮੇਰੇ ਨਾਲ ਬਹੁਤ ਚੱਲੇ, ਸਾਰਿਆਂ ਨੇ ਦਿਨ ਰਾਤ ਮੇਰੇ ਨਾਲ ਮਿਹਨਤ ਕੀਤੀ ਹੈ। ਜੇ ਮੈਂ ਰਾਤ ਸਿਲਾਈ ਕਰਦੀ ਸੀ ਤਾਂ ਰਾਤ ਬੱਚਿਆਂ ਨੂੰ ਉੱਠ ਕੇ ਫੜਨਾ, ਉਹਨਾਂ ਨੂੰ ਸਾਂਭਣਾ ਤਾਂ ਇਹਨਾਂ ਦਾ ਕੰਮ ਸੀ, ਫਿਰ ਮੈਨੂੰ ਕੋਈ ਡਿਸਟਰਬ ਨਹੀਂ ਸੀ ਕਰਦਾ। ਜੇ ਮੈਂ ਥੱਕ ਕੇ ਸੋ ਗਈ ਹਾਂ ਤਾਂ ਮੈਨੂੰ ਇਹਨਾਂ ਨੇ ਕਦੀ ਉਠਾ ਕੇ ਇਹ ਨਹੀਂ ਕਿਹਾ ਕਿ ਉੱਠ ਰੋਟੀ ਬਣਾ ਦੇ, ਟਾਈਮ ਹੋ ਗਿਆ। ਮੈਨੂੰ ਇਸ ਚੀਜ਼ ਲਈ ਕਦੀ ਵੀ ਕਿਸੇ ਨੇ ਤੰਗ ਨਹੀਂ ਕੀਤਾ ਵੀ ਠੀਕ ਹੈ ਮੈਂ ਜੇ ਮੈਂ ਨਹੀਂ ਕਰ ਰਹੀ ਤਾਂ ਬਾਹਰੋਂ ਲੈ ਕੇ ਖਾ ਲਓ ਜਾਂ ਖੁਦ ਬਣਾ ਕੇ ਖਾ ਲਓ। ਸਭ ਨੇ ਸਪੋਰਟ ਕੀਤੀ ਔਰ ਬਹੁਤ ਜ਼ਿਆਦਾ ਸਪੋਰਟ ਕੀਤੀ। ਔਰ ਹੁਣ ਮੇਰਾ ਬੇਟਾ ਮੇਰੇ ਨਾਲ ਚੱਲ ਪਿਆ, ਉਹ ਵੀ ਅੱਛੀ ਸਟੱਡੀ ਕਰਕੇ ਪੜ੍ਹ ਕੇ, ਪਰ ਉਹ ਮੇਰੇ ਨਾਲ ਇਸੇ ਜਗ੍ਹਾ 'ਤੇ ਕੰਮ ਕਰ ਰਿਹਾ ਕਿ ਮੈਂ ਇੱਥੇ ਹੀ ਅੱਗੇ ਲੈ ਕੇ ਚੱਲਾਂਗਾ ਇਸ ਕੰਮ ਨੂੰ। ਮੈਮ ਕਿੰਨੇ ਕੁ ਕਾਰੀਗਰ ਤੁਹਾਡੇ ਕੋਲ ਇੱਥੇ ਕੰਮ ਕਰਦੇ ਅਤੇ ਕਿੱਦਾਂ ਕਿੱਦਾਂ ਦੇ ਜਿਹੜੇ ਤੁਸੀਂ ਡਿਜ਼ਾਇਨ ਬਣਾਉਂਦੇ ਹੋ? ਕਾਰੀਗਰ ਇਸ ਟਾਈਮ ਮੇਰੇ ਕੋਲ ਇੱਥੇ 20 ਤੋਂ 25 ਕਾਰੀਗਰ ਹੁੰਦੇ ਨੇ, ਕਾਫੀ ਇਸ ਟਾਈਮ ਤਾਂ ਬਹੁਤ ਘੱਟ ਰਸ਼ ਹੈ ਕਿਉਂਕਿ ਸਾਰੇ ਈਦ ਕਰਕੇ ਛੁੱਟੀ 'ਤੇ ਗਏ ਹੋਏ ਨੇ। 25-30 ਜਾਣੇ ਹੋ ਜਾਂਦੇ ਆ, ਸੀਜ਼ਨ ਹੋ ਜਾਂਦਾ, ਹੋਰ ਜ਼ਿਆਦਾ ਵੱਧ ਜਾਂਦੇ ਜਿੰਨੀ ਡਿਮਾਂਡ ਹੈ। ਕੰਮ ਅਸੀਂ ਜਿੰਨਾ ਇੱਥੇ ਹੋ ਰਿਹਾ ਵਾ, ਦਿੱਲੀ ਅੱਡੇ ਲੱਗੇ ਹੋਏ ਉੱਥੇ ਵੀ ਕਰਵਾ ਕੇ ਦੇ ਰਹੇ ਹਾਂ ਕਿਉਂਕਿ ਪੂਰਾ ਨਹੀਂ ਪੈ ਰਿਹਾ। ਸਾਡੇ ਡਿਸਟ੍ਰਿਕਟ 'ਚ ਮੇਰੀ ਇਹ ਸਿੰਗਲ ਫੈਕਟਰੀ ਹੈ ਕਿ ਜਿਹੜੀ ਇੱਕ ਛੱਤ ਦੇ ਨੀਚੇ ਇੰਨਾ ਕੰਮ ਹੋ ਰਿਹਾ। ਲੁਧਿਆਣੇ ਆ, ਉੱਥੋਂ ਕੰਮ ਵੀ ਕਰਵਾ ਰਹੇ, ਉੱਥੇ ਕਾਰੀਗਰ ਹੈ, ਇੱਥੇ ਜਗ੍ਹਾ ਥੋੜ੍ਹੀ ਪੈ ਜਾਂਦੀ ਪਈ ਹੈ ਮੈਨੂੰ ਇਹ ਵਾਲੀ ਵੀ, ਅਤੇ ਇੱਧਰ ਉੱਧਰੋਂ ਸਾਰਾ ਕੰਮ ਕਰਵਾ ਕੇ ਕਰ ਰਹੇ ਹਾਂ। ਔਰ ਲੇਡੀਜ਼ ਜਿਹੜੀਆਂ ਮੇਰੇ ਕੋਲੋਂ ਸੂਟ ਲੈ ਕੇ ਜਾ ਰਹੀਆਂ ਨੇ, ਸੇਲ ਕਰ ਰਹੀਆਂ ਨੇ, ਬੁਟੀਕਾਂ ਕਾਫੀ ਹੈ, ਤਾਂ ਸਾਰੇ ਪਾ ਲਓ ਤਾਂ 50-60-70 ਜਾਣੇ ਤਾਂ
ਬੜੀ ਅੱਛੀ ਰੋਟੀ ਖਾ ਰਹੇ ਨੇ ਬਹੁਤ ਅੱਛਾ ਕਰ ਰਹੇ ਨੇ ਮੈਡਮ ਕਿੱਥੋਂ ਕਿੱਥੋਂ ਤੁਹਾਡੇ ਜਿਹੜੇ ਕੱਪੜੇ ਆ ਸੂਟ ਨੇ ਕਿੱਥੋਂ ਕਿੱਥੋਂ ਤੱਕ ਜਾਂਦੇ ਨੇ ਬਾਹਰ ਬਾਹਰ ਤਾਂ ਦੇਖੋ ਫੋਰਨ ਕੰਟਰੀ ਤੱਕ ਵੀ ਜਾ ਰਹੇ ਨੇ ਹੁਣੇ ਥੋੜ੍ਹੀ ਦੇਰ ਪਹਿਲਾਂ ਹੀ ਕਸਟਮਰ ਆਏ ਸੀ ਫੋਰਨ ਕੰਟਰੀ ਲਈ ਲੈ ਕੇ ਗਏ ਨੇ ਸਪਲਾਈ ਕਰਦੇ ਨੇ ਉੱਥੇ ਵੈਸੇ ਜਿਹੜੇ ਆਮ ਮੇਰੇ ਜਿਹੜੇ ਰੂਟੀਨ 'ਤੇ ਜਾਂਦੇ ਨੇ ਅੰਮ੍ਰਿਤਸਰ ਤਾਂ ਡੇਲੀ ਹੀ ਬਣ ਕੇ ਜਾਂਦੇ ਨੇ ਭਾਈ ਸਾਹਿਬ ਆਉਂਦੇ ਨੇ ਇੱਥੇ ਸੀ ਉਹਨੇ ਉਹ ਬਣਵਾਉਂਦੇ ਨੇ ਡੇਲੀ ਅੰਮ੍ਰਿਤਸਰ ਲੈ ਕੇ ਜਾਂਦੇ ਨੇ ਗੁਰਦਾਸਪੁਰ ਸੂਟ ਜਾਂਦੇ ਨੇ ਪਠਾਨਕੋਟ ਤੱਕ ਜਾਂਦੇ ਨੇ ਜਲੰਧਰ ਹੈ ਚੰਡੀਗੜ੍ਹ ਮੋਹਾਲੀ ਇਹ ਤਾਂ ਰੂਟੀਨ ਦੇ ਹੈ ਇੱਧਰ ਸਾਰੇ ਕਿਤੇ ਰੂਟੀਨ 'ਤੇ ਚੱਲਦੇ ਆ ਔਰ ਕਈ ਕਾਫੀ ਬੁਟੀਕਾਂ ਇਸ ਤਰ੍ਹਾਂ ਜਿਨ੍ਹਾਂ ਦੇ ਫੋਰਨ ਦੇ ਨਾਲ ਲਿੰਕ ਕਾਫੀ ਹੈ ਜਿੱਦਾਂ ਉਹਨਾਂ ਦੇ ਰੈਲੇਟਿਵ ਬਾਹਰ ਹੈ ਅਤੇ ਉੱਥੇ ਮਾਲ ਤਾਂ ਕਾਫੀ ਜਾ ਰਿਹਾ ਸੋ ਗੱਲਬਾਤ ਕੀਤੀ ਹੈ ਉਹਨਾਂ ਦੇ ਹਸਬੈਂਡ ਨਾਲ ਵੀ ਗੱਲ ਕਰਾਂਗੇ ਉਹਨਾਂ ਦੀ ਕਿੰਨਾ ਦੀ ਸਪੋਰਟ ਰਹੀ ਹੈ ਅਤੇ ਉਹ ਕੀ ਕਰਦੇ ਸੀ ਕਿਤੇ ਹੁਣ ਕੀ ਕਰਦੇ ਆ ਨਮਸਕਾਰ ਸਰ ਜੀ ਠੀਕ ਜੀ ਕੀ ਨਾਮ ਜੀ ਤੁਹਾਡਾ ਮੇਰਾ ਨਾਮ ਰਾਜ ਹੈ ਜੀ ਰਾਜ ਜੀ ਤੁਹਾਡੀ ਵਾਈਫ ਹੈ ਬਹੁਤ ਵਧੀਆ ਕੰਮ ਉਹਨਾਂ ਨੇ ਕੀਤਾ ਅਰਸ਼ਾ ਤੋਂ ਲੈ ਕੇ ਹੁਣ ਫਰਸ਼ਾ ਤੱਕ ਆ ਗਏ ਹੋ ਤੁਸੀਂ ਤੁਹਾਡੀ ਕਿੰਨੀ ਕੁ ਸਪੋਰਟ ਰਹੀ ਹੈ ਅਤੇ ਹੁਣ ਤੁਸੀਂ ਕੀ ਕਰ ਰਹੇ ਅਤੇ ਪਹਿਲਾਂ ਕੀ ਕਰ ਰਹੇ ਸੀ ਦੇਖੋ ਸਪੋਰਟ ਦੀ ਗੱਲ ਕਰੀਏ ਤਾਂ ਮੇਰੀ ਤਾਂ ਨਹੀਂ ਉਹਨੀ ਜਿੰਨੀ ਇਹਨਾਂ ਦੀ ਜ਼ਿਆਦਾ ਮੈਨੂੰ ਕੀਤੀ ਹੈ ਮੈਂ ਤਾਂ ਪਹਿਲਾਂ ਸਰ ਜੋਬ ਕਰਦਾ ਸੀ ਸ਼ੁਰੂ ਤੋਂ ਲਿਕਰ ਟ੍ਰੇਡ ਸੀ ਮੈਂ ਅਤੇ ਮੇਰਾ ਕੁਛ ਐਕਸੀਡੈਂਟ ਹੋਣ ਦੀ ਵਜ੍ਹਾ ਕਰਕੇ ਮੈਂ ਬੇਰੁਜ਼ਗਾਰ ਹੋ ਗਿਆ ਸੀ ਅਤੇ ਇਹਨਾਂ ਦੇ ਹੁਨਰ ਦੀ ਵਜ੍ਹਾ ਕਰਕੇ ਸਾਨੂੰ ਰੋਜ਼ੀ ਰੋਟੀ ਮਿਲੀ ਮੇਰੇ ਬੱਚਿਆਂ ਨੂੰ ਮਿਲੀ ਅਤੇ ਇਹਨਾਂ ਨੇ ਸਾਨੂੰ ਜਿਹਨੂੰ ਕਹਿ ਲਓ ਕਿ ਕੁੰਗਲ ਫੜ ਕੇ ਅਤੇ ਅੱਗੇ ਤੱਕ ਲੈ ਗਏ ਕਹਿਣ ਦਾ ਮਤਲਬ ਸਾਰੀ ਬਦੌਲਤ ਉਹਨਾਂ ਦੇ ਕਹਿ ਦਿੰਦਾ ਕਿਤੇ ਨਾ ਕਿਤੇ ਘਰ ਚਲਾਉਣ ਵਾਸਤੇ ਔਰਤ ਦਾ ਹੱਥ ਹੁੰਦਾ ਜ਼ਰੂਰ ਉਹੀ ਗੱਲ ਹੈ ਨਾ ਜੀ ਬਿਲਕੁਲ ਬਿਲਕੁਲ ਕਹਿਣ ਦਾ ਮਤਲਬ ਕਿ ਉਹਨਾਂ ਨੇ ਚੰਗਾ ਕੰਮ ਖੋਲਿਆ ਛੋਟਾ ਸੀਗਾ ਹੁਣ ਵੱਡਾ ਹੋ ਗਿਆ ਇਹਨਾਂ ਦੀ ਮਿਹਨਤ ਦੇ ਸਦਕੇ ਹੀ ਅਸੀਂ ਅੱਜ ਥੋੜ੍ਹਾ ਗਰੋ ਕੀਤਾ ਪਰਿਵਾਰ ਨੇ ਗਰੋ ਕੀਤਾ ਇੰਡਸਟਰੀ 'ਚ ਆਏ ਹਾਂ ਬੜਾ ਮਾਣ ਮਿਲਿਆ ਬੜਾ ਸਤਿਕਾਰ ਮਿਲਿਆ ਉਹਨਾਂ ਨੇ ਅਸੀਂ ਪ੍ਰੋਡਕਟ ਉਹੋ ਜਿਹੇ ਬਣਾ ਰਹੇ ਹਾਂ ਜਿਹੜਾ ਕਿ ਸਾਡੇ ਮਤਲਬ ਜ਼ਿਆਦਾਤਰ ਇਹਦੇ ਕੰਪੀਟੀਟਰਸ ਨਹੀਂ ਹੈਗੇ ਇਹਦੇ ਬਦੌਲਤ ਅਸੀਂ ਬੜੇ ਹੀ ਬੇਰੁਜ਼ਗਾਰਾਂ ਨੂੰ ਕੰਮ ਦਿੰਦੇ ਹਾਂ ਇਸ ਗੱਲ ਦੀ ਬਹੁਤ ਹੁਣ ਮਨ ਸ਼ਾਂਤ ਹੁੰਦਾ ਮੈਡਮ ਨੇ ਕਿਹਾ ਕਾਫੀ ਲੜਕੀਆਂ ਨੂੰ ਆਪਾਂ ਟ੍ਰੇਨਿੰਗ ਦਿੱਤੀ ਹੈ ਉਹਨਾਂ ਨੇ ਆਣ ਕੇ ਬਹੁਤ ਥੈਂਕਸ ਕੀਤਾ ਬਹੁਤ ਮਨ ਨੂੰ ਖੁਸ਼ੀ ਹੁੰਦਾ ਤੁਹਾਨੂੰ ਵੀ ਮਾਣ ਮਹਿਸੂਸ ਹੁੰਦਾ ਨਾ ਕਿ ਮੇਰੇ ਘਰ ਵਾਲੇ ਡੈਫੀਨੇਟਲੀ ਦੇਖੋ ਜੇ ਮੇਰਾ ਜੇ ਇੱਜ਼ਤ ਸਮਾਜ ਕਰਦਾ ਹੈ ਅਤੇ ਜਾਂ ਮੇਰੀ ਪਤਨੀ ਦੀ ਇੱਜ਼ਤ ਸਮਾਜ ਕਰਦਾ ਤਾਂ ਕਿਉਂ ਨਹੀਂ ਖੁਸ਼ ਹੋਵਾਂਗੇ ਮੇਰੇ ਮਾਂ ਬਾਪ ਦੀ ਜੇ ਕੋਈ ਇੱਜ਼ਤ ਕਰੇਗਾ ਤਾਂ ਬੱਚੇ ਖੁਸ਼ ਹੋਣਗੇ ਜੇ ਬੱਚਿਆਂ ਦੀ ਇੱਜ਼ਤ ਹੁੰਦੀ ਹੈ ਤਾਂ ਮਾਂ ਬਾਪ ਖੁਸ਼ ਹੁੰਦੇ ਨੇ ਇਹ ਸਹਿਯੋਗਾਤਮਕ ਹੈ ਬੜਾ ਬੁਟੀਕਸ ਜਿਹੜੀਆਂ ਕਈ ਲੜਕੀਆਂ ਨੇ ਇਹਨਾਂ ਨੇ ਜਿਨ੍ਹਾਂ ਨੇ ਇਹਨਾਂ ਨੂੰ ਇਹਨਾਂ ਨੇ ਸਿਖਲਾਈ ਸਿਖਾਈ ਹੈ ਉਹਨਾਂ ਨੇ ਬੜੇ ਅੱਗੇ ਤਰੱਕੀ ਕੀਤੀ ਹੈ ਬੜੀਆਂ ਲੋਕਾਂ ਨੇ ਬੁਟੀਕਸ ਖੋਲੀਆਂ ਬੜੀਆਂ ਅੱਜ ਕੱਲ੍ਹ ਕਸਟਮਰਸ ਨੇ ਐਸੇ ਜਿਹੜੇ ਕਿ ਔਨਲਾਈਨ ਕੰਮ ਕਰਨ ਲੱਗ ਪਏ ਨੇ ਮਤਲਬ ਬਹੁਤ ਸਮਾਜ ਦਿੱਤਾ ਦੇ ਰਹੇ ਆ ਹੁਣ ਹੋਰ ਵੀ ਅੱਗੇ ਦੇਖੋ ਜਿੰਨੀ ਪਰਮਾਤਮਾ ਜੋ ਉਮਰ ਦੇਗਾ ਅਤੇ ਹੋਰ ਸਮਝਾਵਾਂਗੇ ਦੱਸਾਂਗੇ ਤੁਹਾਡਾ ਬੇਟਾ ਵੀ ਹੈ ਬੇਟਾ ਵੀ ਇਸ ਲਾਈਨ 'ਚ ਇੱਕਦਮ ਜੀ ਬੇਟਾ ਵੀ ਮੇਰਾ ਕੈਬਿਨ ਕਰੂ ਦਾ ਕੋਰਸ ਕਰਕੇ ਆਇਆ ਸੀ ਉਹਨੇ ਆਪਣੀ ਆਫਟਰ ਸਟੱਡੀ ਫਿਰ ਅਸੀਂ ਮਤਲਬ ਇਹਦੇ ਮਾਤਾ ਜੀ ਨੇ ਕਿਹਾ ਕਿ ਤੁਸੀਂ ਤਾਂ 25,000 ਰੁਪਏ 'ਤੇ ਜੋਬ 'ਤੇ ਕੀ ਕਰਨਾ ਤੁਸੀਂ ਆਓ ਇੱਥੇ ਨਾਲ ਹੀ ਜੁੜੀਏ ਉਹਨਾਂ ਨਾਲ ਜੋੜਿਆ ਉਹ ਵੀ ਬੱਚੇ ਨੇ ਫੁੱਲਫਿਲ ਹੋ ਕੇ ਸਾਡੀ ਮਤਲਬ ਕੰਮ ਦੇ ਵਿੱਚ ਡੈਡੀਕੇਸ਼ਨ ਦੇ ਨਾਲ ਕੰਮ ਕੀਤਾ ਇਸ ਵਕਤ ਉਹ ਵੀ ਨਾਲ ਹੀ ਇਕੱਠੇ ਸਾਰੇ ਪਰਿਵਾਰ ਸਹਿਯੋਗਾਤਮਕ ਤਰੀਕੇ ਦੇ ਨਾਲ ਲੱਗੇ ਦੇ ਆ ਸੋ ਉਹਨਾਂ ਦੇ ਹਸਬੈਂਡ ਨਾਲ ਵੀ ਗੱਲ ਕੀਤੀ ਹੈ ਉਹਨਾਂ ਦਾ ਵੀ ਕਹਿਣਾ ਹੈ ਕਿ ਔਰਤ ਦਾ ਬਹੁਤ ਯੋਗਦਾਨ ਹੁੰਦਾ ਘਰ ਵਿੱਚ ਹੁਣ ਪਹਿਲਾਂ ਬਿਜ਼ਨਸ ਛੋਟਾ ਸੀਗਾ ਹੁਣ ਬਹੁਤ ਵੱਡਾ ਹੋ ਗਿਆ ਕਾਫੀ ਲੜਕੀਆਂ ਨੂੰ ਸਿਖਲਾਈ ਵੀ ਦਿੱਤੀ ਹੈ ਉਹ ਆਪਣੇ ਪੈਰਾਂ 'ਤੇ ਸਟੈਂਡ ਨੇ ਆਪਣਾ ਆਪਣਾ ਕਾਰੋਬਾਰ ਕਰ ਰਹੇ ਨੇ ਸੋ ਕੰਮ ਕਰਨ ਦਾ ਜਜ਼ਬਾ ਹੋਣਾ ਚਾਹੀਦਾ ਕੰਮ ਛੋਟਾ ਜਾਂ ਵੱਡਾ ਨਹੀਂ ਹੁੰਦਾ ਸੋ ਦਿਖਾਵਾਂਗੇ ਤੁਹਾਨੂੰ ਕਿੱਦਾਂ ਵਰਕਰ ਕੰਮ ਕਰ ਰਹੇ ਨੇ ਪਹਿਲਾਂ ਕੰਮ ਛੋਟਾ ਸੀਗਾ ਹੁਣ ਬਹੁਤ ਵੱਡਾ ਹੋ ਗਿਆ ਆਪਣੀ ਫੈਕਟਰੀ ਲਗਾ ਲਈ ਉਹਨਾਂ ਨੇ ਲੋਕਾਂ ਨੂੰ ਲੜਕੀਆਂ ਨੂੰ ਸਿਖਲਾਈ ਵੀ ਦਿੱਤੀ ਹੈ ਫ੍ਰੀ ਵਿੱਚ ਹੁਣ ਉਹ ਆਪਣੇ ਪੈਰਾਂ 'ਤੇ ਸਟੈਂਡ ਨੇ ਸੋ ਇੱਦਾਂ ਹੀ ਕੰਮ ਕਰਨ ਦਾ ਜਜ਼ਬਾ ਹੋਣਾ ਚਾਹੀਦਾ ਔਰਤਾਂ ਮਰਦਾਂ ਨਾਲੋਂ ਘੱਟ ਨਹੀਂ ਸੋ ਇੱਦਾਂ ਹੀ ਤੁਹਾਨੂੰ ਮੁਲਾਕਾਤ ਕਰਾਉਂਦੇ ਰਹਾਂਗੇ ਕੈਮਰਾ ਪਰਸਨ ਜਤਿੰਦਰ ਕੁੱਡਨ ਦੇ ਨਾਲ ਲੁਧਿਆਣਾ ਲਾਈਵ ਲੱਕੀ ਰਾਜਪੂਤ ਗੁਰਦਾਸਪੁਰ